ਤੇ ਵੀਰ ਜੀ ਕਿ ਆਪਣੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਮਾੜਾ ਬੋਲਦੇ ਆ ਤੇ 2020 ਨੂੰ ਵੀ ਇਹ ਗਾਲਾਂ ਕੱਢਦੇ ਨੇ। ਇਹ ਜਿਹੜੇ ਇਹ ਉਹ ਕੱਢਦੇ ਨੇ ਜਿਨ੍ਹਾਂ ਨੇ ਮੱਥੇ ਤੇ ਇੱਥੇ ਤਿਲਕ ਨਹੀਂ ਲਾਉਂਦੇ ਗੇ, ਜਿਨ੍ਹਾਂ ਜਿਹੜੀਆਂ ਜਨਾਨੀਆਂ ਲਾਉਂਦੀਆਂ, ਜਨਾਨੀਆਂ ਵਾਲੇ ਸਿਵ ਸੈਣੀ ਕੰਮ ਕਰਦੇ ਆ, ਉਹ ਸਿਵ ਸੈਨਾ ਵਾਲੇ ਉਹ ਬਾਂਦਰੋ। ਸਾਡੀ ਸਿੱਖ ਕੌਮ ਵੀ ਤੁਹਾਨੂੰ ਕਦੀ ਮਾੜਾ ਬੋਲੀ ਹੈ? ਬਾਂਦਰੋ ਤੁਸੀਂ ਆਪਦਾ ਕੁੱਤੇ ਭਕਾਈ ਭਕਾਈ ਜਾਓ, ਹਾਂ ਬਾਂਦਰ ਤਰ੍ਹਾਂ ਪੁੱਛਾਂ ਤੇ ਫੁੱਲੜੀਆਂ ਖੁੱਲੜੀਆਂ ਖਾਧੀ ਜਾਇਆ ਕਰੋ, ਕੇਲੇ ਛੇਲੇ ਜਿਸ ਸੜਕਾਂ ਤੇ ਸਿੱਟਦਾ, ਤੇ ਬਾਂਦਰਾਂ ਵਾਲੇ ਤੁਸੀਂ ਕੰਮ ਕਰਦੇ ਜੇ। ਬਾਂਦਰੋ ਤੁਸੀਂ ਆਹਦੇ ਜੇ 6 ਜੂਨ ਲਾਉਣ ਵਾਲੀ ਏ, 6 ਜੂਨ ਨੂੰ ਸਾਡੇ ਬੜੇ ਬੜੇ ਯੋਧੇ ਪਏ ਨੇ, ਬੜੇ ਬੜੇ ਸੂਰਮੇ ਜੇਲ੍ਹਾਂ ਦੇ ਵਿੱਚ ਵੀ ਤੇ ਬਾਹਰ ਵੀ, ਜਿਹੜੇ ਤੁਹਾਨੂੰ ਸੋਧਾ ਲਾ ਦਿੰਦੇ। ਤੁਸੀਂ ਜਦੋਂ ਤੁਹਾਡਾ ਵਾਰੀ ਤੁਹਾਡੀ ਛਿੱਤਰਾਂ ਦੀ ਆਉਂਦੀ ਏ, ਉਦੋਂ ਤੁਸੀਂ ਕਹਿ ਦਿੰਦੇ ਜੇ ਅਸੀਂ ਤੇ ਇਹਨਾਂ ਸਿੱਖਾਂ ਵਾਲਾ ਦੀ ਕੁੜੀ ਮੰਗਣੀ ਸੀ, ਸਾਨੂੰ ਤਾਂ ਸਿੱਖੇ ਵੀ ਗਾਲਾਂ ਕੱਢੀ ਜਾਂਦੇ। ਉਦੋਂ ਤੁਸੀਂ ਸਿੱਖਾਂ ਵੱਲ ਕੁੜੀ ਮੰਗਣ ਨੂੰ ਤਿਆਰ ਹੋ ਜਾਂਦੇ ਜੇ, ਸਿੱਖਾਂ ਵੱਲ ਕੁੜੀ ਉਦੋਂ ਮੰਗਦੇ ਜੇ ਡਰਦੇ, ਮਿੰਨਤਾਂ ਕਰਦੇ ਜੇ, ਨਕੀ ਲਕੀਰਾਂ ਕੱਢਦੇ ਜੇ। ਇੱਕ ਤੁਹਾਡਾ ਅੱਗੇ ਸੂਰੀ ਬਾਂਦਰ ਬੜਾ ਬੁੜਕਦਾ ਹੁੰਦਾ ਸੀ, ਕੰਜਰ ਸੂਰ ਐ ਬੁੱਚੜ ਜਾਂ ਖਾਕੀ ਹੈਗਾ ਬੁੱਚੜ, ਉਹ ਬੁੱਚੜਾ ਸੂਰੀ ਆਪਦੇ ਸੂਰੀ ਹੈ ਬਾਂਦਰਾਂ ਨੂੰ ਸਾਂਭ। ਬੜੀ ਸਾਡੀ ਸਿੱਖ ਕੌਮ ਤਗੜੀ ਪਈ ਏ। ਇਹ 1.25 ਲੱਖ ਨਾਲ ਇੱਕ ਲੜਾਵੇ, ਗੁਰੂ ਗੋਬਿੰਦ ਸਿੰਘ ਨੇ ਕਿਹਾ 1.25 ਲੱਖ ਨਾਲ ਇੱਕ ਲੜੇਗਾ, ਤੇ ਤੁਸੀਂ ਤਾਂ ਬਾਂਦਰ ਜੇ ਬਾਂਦਰ ਤੁਸੀਂ ਤਾਂ ਭਾਵੇਂ ਕਰੋੜ ਆ ਜਾਓ, ਸਾਡੇ ਤਾਂ 10 ਵੀ ਹੋਏ ਤੇ ਉਹਨਾਂ ਐਡੇ ਐਡੇ ਬਰਛੇ ਲੈ ਗਏ, ਮਾਰ ਮਾਰ ਕੇ ਲਾਹ ਕੁੜੀ ਹੋਵੇ, ਕਿਰਪਾਨਾਂ ਨਾਲ ਤੁਹਾਡੀਆਂ ਧੌਣਾਂ ਦੇਣੀਆਂ। ਬਾਂਦਰ ਤੁਸੀਂ ਤੇ ਕੰਮ ਤਤ ਕਰਦੇ ਜੇ ਕੱਲ ਨੂੰ ਸਾਨੂੰ ਕੋਈ ਮੁੱਖ ਅਹੁਦਾ ਮਿਲੇਗਾ। ਬਾਂਦਰੋ ਐਵੇਂ ਅਹੁਦੇ ਨਹੀਂ ਮਿਲਣੇ, ਕਿਤੇ ਐਵੇਂ ਇਹਨਾਂ ਸੋਧਾ ਲਵਾ ਕੇ ਬਹਿ ਜਾਓ ਤੇ ਸਿੱਧੀ ਤੁਹਾਡੀ ਟਿਕਟ ਤਾਂ ਦੀ ਲੱਗ ਜੇ। ਬਾਂਦਰੋ ਬਾਂਦਰੋ ਸ਼ਰਮ ਕਰੋ। ਬੜੇ ਬੜੇ ਮੈਨੂੰ ਫੋਨ ਆਏ ਵੀਰ ਜੀ ਕਿ ਬਾਂਦਰਾਂ ਵਾਲੀ ਵੀ ਕੁਛ ਬੋਲੀਏ, ਮੈਂ ਕਿਹਾ ਬਾਂਦਰਾਂ ਵਾਲੀ ਵੀ ਬੋਲਦੇ ਆ। ਉਹ ਬਾਂਦਰੋ ਸ਼ਰਮ ਕਰੋ, ਜਨਾਨਿਓ ਜਨਾਨਿਓ ਸ਼ਰਮ ਕਰੋ, ਇਵੇਂ ਨਹੀਂ ਬੋਲੀਦਾ। ਅਸੀਂ ਵੀ ਕਦੀ ਤੁਹਾਡੇ ਇਤਿਹਾਸ ਨੂੰ ਕੁਛ ਬੋਲੇ, ਜਿਹੜਾ ਤੁਹਾਡਾ ਪਹਿਲੀ ਗੱਲ ਇਤਿਹਾਸ ਹੈਗਾ ਹੀ ਨਹੀਂਗਾ, ਉਹਨੂੰ ਬੋਲਣਾ ਕੀ ਹੈ? ਤੁਹਾਡਾ ਕੀ ਇਤਿਹਾਸ ਹੈ ਵੀ ਜੈ ਭੰਗ ਭਰੀ ਦੀ ਐ ਕਰਦੇ ਜੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਅਸੀਂ ਐ ਕਰਨੇ। ਤੁਸੀਂ ਕਰਦੇ ਜੇ ਜੰਬ ਬੋਲੇ, ਪਤਾ ਅੱਧਿਆਂ ਨੂੰ ਲੱਗਦਾ ਨਹੀਂ ਕੀ ਬੋਲੇ ਕੀ ਨਾ, ਕੁੱਤੇ ਤਰ੍ਹਾਂ ਭੌਂਦੇ ਰਹਿੰਦੇ, ਥੁੱਕਾਂ ਸਿੜਦੇ ਰਹਿੰਦੇ ਜੇ। ਬਾਂਦਰੋ ਕਿਹੜਾ ਤੁਹਾਨੂੰ ਫੁੱਲੜੀਆਂ ਖਾਣੇ ਤੁਸੀਂ ਹੈਗੇ ਜੇ, ਅੱਜ ਤੋਂ ਵੀ ਜੇ ਬਾਂਦਰ ਜੇ ਪੁੱਠਾ ਬੋਲੇ ਤੇ ਕਿਸੇ ਸਾਡੇ ਯੋਧੇ ਨੂੰ ਪਤਾ ਲੱਗ ਗਿਆ ਤੇ ਤੁਹਾਡੇ ਉਹਦੇ ਕਿਰਪਾਨ ਤੁੰਨਦੇ ਨਹੀਂ ਹੁੰਦਾ। ਸਾਡੇ ਤੁਹਾਨੂੰ ਪਤਾ ਸਿੱਖ ਕੌਮ ਬਹੁਤ ਬੜੀ ਭੈੜੀ ਹੈ, ਪਿਛਾਂਟਣ ਵਾਲੀ ਕੌਮ ਨਹੀਂ ਗੀ, ਇਹ ਕੌਮ ਮਰਨ ਮਿਟਣ ਵਾਲੀ ਹੈ, ਮਰ ਜਾਵੇਗੀ ਪਰ ਪਿਛਾਂ ਨਹੀਂ ਹਟਦੀ। ਤੇ ਤੁਹਾਡੀ ਕੌਮ ਜਿਹੜੀ ਹੈ ਇਹ ਮੁੜ ਕੇ ਰੁਪਈਏ ਲੈ ਕੇ ਆ ਜਾਂਦੀ ਹੈ ਕਿ ਅਸੀਂ ਜੀ ਆਹ ਜਹੇਦਾਰੇ ਨੂੰ ਰੁਪਈਆ ਰੱਖਦੇ ਨੇ, ਰਿਸ਼ਤਾ ਕਰਦੇ ਨੇ, ਤੁਹਾਡੇ ਮੁੜ ਕੇ ਐਂ ਕਰਨ ਲੱਗ ਪਏ ਨੇ। ਤੇ ਵੀਰ ਜੀ ਇਹ ਵੀਡੀਓ ਆਪਣੀ ਤੁਸੀਂ ਸ਼ੇਅਰ ਵੀ ਕਰਨੀ, ਲਾਇਕ ਵੀ ਕਰਨੀ, ਜਿਹੜੇ ਆਪਣੇ ਭਰਾ ਸਿੱਖ ਭਾਈਚਾਰਾ ਇਹ ਬਾਂਦਰਾਂ ਤੱਕ ਪਹੁੰਚਾਉਣੀ, ਬਾਂਦਰਾਂ ਤੱਕ। ਤੇ ਬਾਂਦਰੋ ਸਾਡਾ ਫੋਨ ਨੰਬਰ ਉੱਤੇ ਆ, ਆਖੀ ਜੇ ਬੰਦ ਹੋ ਗਿਆ ਬਾਂਦਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।